80 ਤੇ 90 ਦੇ ਦਹਾਕੇ ਵਿੱਚ ਸਿਰਫ ਔਰ ਸਿਰਫ ਦੁਗਾਣਿਆਂ ਦਾ ਹੀ ਜ਼ੋਰ ਚੱਲ ਰਿਹਾ ਸੀ ਤੇ ਉਸ ਸਮੇਂ ਦੀਆਂ 뮤직 ਕੰਪਨੀਆਂ ਸੋਲੋ ਗਾਣੇ ਨੂੰ ਰਿਲੀਜ਼ ਕਰਨ ਤੋਂ ਗੁਰੇਜ਼ ਕਰਦੀਆਂ ਸੀ ਤੇ ਇਹੋ ਜਿਹਾ ਹੀ ਕੁਝ ਹੋਇਆ ਦਿਲ ਵੱਟੇ ਦੇਵੇ ਭੈੜਾ ਛੱਲੇ ਮੁੰਦੀਆਂ ਚੰਗਾ ਨਹੀਂ ਲੱਗਦਾ ਮੈਂ ਮੁੰਡਾ ਦਿਲ ਦਾ ਨਹੀਂ ਮਾੜਾ ਜਿਹੇ ਸੁਪਰ ਹਿੱਟ ਗੀਤ ਗਾਉਣ ਵਾਲੇ ਸੁਖਵਿੰਦਰ ਪੰਛੀ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਉਹਨਾਂ ਦੀ ਲਾਈਫ ਬਾਰੇ ਕਿਹੜੀ ਗੱਲ ਪਿੱਛੇ ਕੁਲਦੀਪ ਮਾਣਕ ਨੇ ਉਹਨਾਂ ਨੂੰ ਸਟੇਜ 'ਤੇ ਥੱਪੜ ਮਾਰਿਆ ਸੀ ਅਤੇ ਉਹਨਾਂ ਉੱਪਰ ਲੱਗੇ ਕਬੂਤਰਬਾਜ਼ੀ ਦੇ ਇਲਜ਼ਾਮ ਬਾਰੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗਗਨਦੀਪ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਦੇ। ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਜੇ ਤੁਸੀਂ ਅਜੇ ਤੱਕ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈੱਲ ਆਈਕਨ 'ਤੇ ਪ੍ਰੈਸ ਕਰ ਲਵੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸੁਖਵਿੰਦਰ ਪੰਛੀ ਦੇ ਫੈਨਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣ। ਅਸੀਂ ਹਰ ਖੇਤਰ ਨਾਲ ਜੁੜੇ ਪੰਜਾਬੀ ਕਲਾਕਾਰਾਂ ਬਾਰੇ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਸੁਖਵਿੰਦਰ ਪੰਛੀ ਦਾ ਜਨਮ 4 ਜੂਨ 1968 ਨੂੰ ਨਕੋਦਰ ਤਹਿਸੀਲ ਦੇ ਪਿੰਡ ਸਰੀਂ ਜ਼ਿਲ੍ਹਾ ਜਲੰਧਰ ਪਿਤਾ ਰੁਲਦੂ ਰਾਮ ਅਤੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ। ਸੁਖਵਿੰਦਰ ਪੰਛੀ ਦੇ ਪੂਰੇ ਨਾਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਪੂਰਾ ਨਾਮ ਸੁਖਵਿੰਦਰ ਸਿੰਘ ਸੰਧੂ ਹੈ ਅਤੇ ਪੰਛੀ ਨਾਮ ਦਿੱਤਾ ਉਹਨਾਂ ਦੇ ਉਸਤਾਦ ਕੁਲਦੀਪ ਮਾਣਕ ਜੀ ਨੇ। ਪਰਿਵਾਰ ਦੇ ਵਿੱਚ ਸੁਖਵਿੰਦਰ ਪੰਛੀ ਦੇ ਇੱਕ ਭਰਾ ਵੀ ਨੇ ਜਿਨ੍ਹਾਂ ਦਾ ਨਾਮ ਜਗਤਾਰ ਸਿੰਘ ਹੈ। ਜਿਸ ਸਮੇਂ ਸੁਖਵਿੰਦਰ ਪੰਛੀ ਬਹੁਤ ਛੋਟੇ ਸੀ ਉਦੋਂ ਹੀ ਉਹਨਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ ਸੀ। ਸਕੂਲਿੰਗ ਦੀ ਗੱਲ ਕਰੀਏ ਤਾਂ ਸੁਖਵਿੰਦਰ ਪੰਛੀ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ, ਉਹ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਰਹੇ ਨੇ। ਸੁਖਵਿੰਦਰ ਪੰਛੀ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਰਜਿੰਦਰ ਰੂਬੀ ਦੇ ਨਾਲ ਹੋਇਆ। ਰਜਿੰਦਰ ਰੂਬੀ ਪੰਜਾਬੀ ਐਕਟਰਸ ਰਹਿ ਚੁੱਕੇ ਨੇ ਅਤੇ ਕੁਝ ਪੰਜਾਬੀ ਫਿਲਮਾਂ ਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ। ਦਿਲ ਦਾ ਮਾਮਲਾ ਪੰਜਾਬੀ ਫਿਲਮ ਦੇ ਵਿੱਚ ਗੁੱਗੂ ਗਿੱਲ ਦੇ ਨਾਲ ਰਜਿੰਦਰ ਰੂਬੀ ਐਜ਼ ਅ ਹੀਰੋਇਨ ਕੰਮ ਕਰ ਚੁੱਕੇ ਨੇ। ਹੁਣ ਗੱਲ ਕਰਦੇ ਹਾਂ ਕਿ ਕਿਵੇਂ ਸੁਖਵਿੰਦਰ ਪੰਛੀ ਨੂੰ ਗਾਉਣ ਦਾ ਸ਼ੌਂਕ ਪਿਆ ਅਤੇ ਕਦੋਂ ਉਹਨਾਂ ਦੀ ਪਹਿਲੀ ਐਲਬਮ ਮਾਰਕੀਟ ਦੇ ਵਿੱਚ ਆਈ। ਇੱਕ ਇੰਟਰਵਿਊ ਦੌਰਾਨ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਜਦੋਂ ਉਹ ਛੋਟੇ ਸੀ ਉਦੋਂ ਉਹਨਾਂ ਨੂੰ ਗੀਤ ਸੁਣਨੇ ਬਹੁਤ ਵਧੀਆ ਲੱਗਦੇ ਸੀ। ਉਸ ਸਮੇਂ ਉਹ ਜ਼ਿਆਦਾਤਰ ਮਰਹੂਮ ਗਾਇਕ ਕੁਲਦੀਪ ਮਾਣਕ ਨੂੰ ਸੁਣਦੇ ਅਤੇ ਫਿਰ ਆਪ ਵੀ ਗਾਉਂਦੇ ਅਤੇ ਸਕੂਲ ਦੇ ਵਿੱਚ ਵੀ ਉਹ ਅਕਸਰ ਗਾਉਂਦੇ ਰਹਿੰਦੇ ਸੀ। ਇਸੇ ਤਰ੍ਹਾਂ ਹੀ ਕੁਲਦੀਪ ਮਾਣਕ ਇੱਕ ਵਾਰ ਸੁਖਵਿੰਦਰ ਪੰਛੀ ਦੇ ਪਿੰਡ ਧਾਰਮਿਕ ਪ੍ਰੋਗਰਾਮ 'ਤੇ ਆਏ ਅਤੇ ਕੁਲਦੀਪ ਮਾਣਕ ਦੇ ਗਾਉਣ ਤੋਂ ਪਹਿਲਾਂ ਸੁਖਵਿੰਦਰ ਪੰਛੀ ਨੇ ਸਟੇਜ 'ਤੇ ਗਾਇਆ। ਕੁਲਦੀਪ ਮਾਣਕ ਨੂੰ ਉਹਨਾਂ ਦੀ ਗਾਇਕੀ ਵਧੀਆ ਲੱਗੀ ਅਤੇ ਸ਼ਾਬਾਸ਼ੀ ਦਿੱਤੀ। ਸੁਖਵਿੰਦਰ ਪੰਛੀ ਨੇ ਕੁਲਦੀਪ ਮਾਣਕ ਜੀ ਨੂੰ ਕਿਹਾ ਕਿ ਮੈਂ ਤੁਹਾਡੀ ਟੀਮ ਦੇ ਨਾਲ ਰਲਣਾ ਚਾਹੁੰਦਾ। ਸੋ ਇਸ ਤਰ੍ਹਾਂ ਸੁਖਵਿੰਦਰ ਪੰਛੀ ਨੇ ਕੁਲਦੀਪ ਮਾਣਕ ਸਾਹਿਬ ਨੂੰ ਗੁਰੂ ਧਾਰਿਆ ਅਤੇ 8-9 ਸਾਲ ਉਹਨਾਂ ਤੋਂ ਗਾਉਣ ਦੇ ਗੁਰ ਸਿੱਖੇ। ਸੁਖਵਿੰਦਰ ਪੰਛੀ ਦੱਸਦੇ ਨੇ ਕਿ ਜਦੋਂ ਉਸਤਾਦ ਕੁਲਦੀਪ ਮਾਣਕ ਦੇ ਨਾਲ ਸਟੇਜ 'ਤੇ ਗਾਉਂਦੇ ਹੁੰਦੇ ਸੀ ਤਾਂ ਕਈ ਵਾਰ ਗਲਤੀ ਹੋਣ 'ਤੇ ਸਟੇਜ ਦੇ ਉੱਪਰ ਹੀ ਮੇਰੇ ਥੱਪੜ ਵੀ ਪੈ ਜਾਂਦੇ ਸੀ, ਪਰ ਫਿਰ ਵੀ ਮੈਂ ਉਹਨਾਂ ਦਾ ਲੜ ਨਹੀਂ ਛੱਡਿਆ। ਫਿਰ ਇਹੋ ਜਿਹਾ ਸਮਾਂ ਵੀ ਆਇਆ ਜਦੋਂ ਕੁਲਦੀਪ ਮਾਣਕ ਜੀ ਮੈਨੂੰ ਸਟੇਜ ਦੇ ਉੱਪਰ ਆਪਣੇ ਵੱਡੇ ਬੇਟੇ ਦੇ ਰੂਪ ਵਿੱਚ ਲੋਕਾਂ ਦੇ ਨਾਲ ਮਿਲਾਉਂਦੇ ਸੀ। 8-9 ਸਾਲ ਸਿੱਖਣ ਤੋਂ ਬਾਅਦ ਸੁਖਵਿੰਦਰ ਪੰਛੀ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ ਜਿਸ ਦਾ ਨਾਮ ਸੀ ਕੁੜੀਆਂ ਨੇ ਜੀਨਾ ਪਾ ਲਈਆਂ ਅਤੇ ਇਹ ਐਲਬਮ ਸਾਲ 1987 ਦੇ ਵਿੱਚ ਰਿਲੀਜ਼ ਹੋਈ। ਫਿਰ 1988 ਵਿੱਚ ਐਲਬਮ ਆਈ ਵਿਆਹ ਤੋਂ ਪਹਿਲਾਂ। ਇਹ ਦੋਨੋਂ ਐਲਬਮਸ ਕੁਝ ਖਾਸ ਨਹੀਂ ਚੱਲੀਆਂ। ਇਹਨਾਂ ਐਲਬਮ ਤੋਂ ਬਾਅਦ ਇੱਕ ਧਾਰਮਿਕ ਐਲਬਮ ਕੀਤੀ ਜਿਸ ਦਾ ਨਾਮ ਸੀ ਹੈ ਸ਼ਾਨ ਖਾਲਸੇ ਦੀ। ਇਹ ਐਲਬਮ ਵਧੀਆ ਚੱਲੀ, ਪਰ ਜੋ ਅਸਲੀ ਪਹਿਚਾਣ ਬਣੀ ਉਹ ਬਣੀ 1990 ਦੇ ਵਿੱਚ ਆਈ ਐਲਬਮ ਛੱਲੇ ਮੁੰਦੀਆਂ ਦੇ ਨਾਲ। ਇਸ ਦਾ ਟਾਈਟਲ ਟਰੈਕ ਬਹੁਤ ਹੀ ਹਿੱਟ ਹੋਇਆ। ਉਸ ਸਮੇਂ ਜਿੱਥੇ ਹਿੱਟ ਐਲਬਮਸ ਦੀ ਕਾਪੀਆਂ ਹਜ਼ਾਰਾਂ ਦੇ ਵਿੱਚ ਵਿਕਦੀਆਂ ਸੀ, ਉੱਥੇ ਹੀ ਇਸ ਐਲਬਮ ਦੀਆਂ ਕਾਪੀਆਂ ਲੱਖਾਂ ਦੇ ਵਿੱਚ ਵਿਕੀਆਂ। ਇਸ ਤੋਂ ਬਾਅਦ ਤਵੀਤੜੀ, ਪਿਆਰ ਦੀ ਕਹਾਣੀ, ਮੁੰਡਾ ਦਿਲ ਦਾ ਨਹੀਂ ਮਾੜਾ, ਸਾਡੀ ਮੁੰਦਰੀ ਸੱਜਣਾ ਐਲਬਮਸ ਵੀ ਬਹੁਤ ਹੀ ਹਿੱਟ ਰਹੀਆਂ। ਐਲਬਮਸ ਦੇ ਨਾਲ ਨਾਲ ਸੁਖਵਿੰਦਰ ਪੰਛੀ ਨੇ ਪੰਜਾਬੀ ਫਿਲਮਾਂ ਦੇ ਗੀਤਾਂ ਵਿੱਚ ਵੀ ਆਪਣੀ ਆਵਾਜ਼ ਦਿੱਤੀ, ਜਿਵੇਂ ਕਿ ਫਿਲਮ ਨੈਣ ਪ੍ਰੀਤੋ ਦੇ, ਜੱਟ ਪੰਜਾਬ ਦਾ, ਰੰਗਲਾ ਪੰਜਾਬ, ਕਬਜ਼ਾ, ਦਹਿਸ਼ਤ, ਦੁੱਲਾ ਭੱਟੀ ਅਤੇ ਕਈ ਹੋਰ ਫਿਲਮਾਂ ਵੀ ਨੇ ਜਿਨ੍ਹਾਂ 'ਚ ਗਾਇਆ। ਦੋਸਤੋ, ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਉਂ ਸੁਖਵਿੰਦਰ ਪੰਛੀ ਦੇ ਉੱਪਰ ਕਬੂਤਰਬਾਜ਼ੀ ਦੇ ਇਲਜ਼ਾਮ ਲੱਗੇ ਜਿਸ ਪਿੱਛੇ ਉਹਨਾਂ ਨੂੰ 2 ਮਹੀਨੇ ਜੇਲ੍ਹ ਵੀ ਕੱਟਣੀ ਪਈ। ਅਖਬਾਰਾਂ ਦੀਆਂ ਖਬਰਾਂ ਦੇ ਮੁਤਾਬਕ ਸੁਖਵਿੰਦਰ ਪੰਛੀ ਦੇ ਪਿੰਡ ਵਿੱਚ ਹੀ ਰਹਿਣ ਵਾਲੀ ਬੀਬੀ ਗਫੂਰ ਨੇ ਆਪਣੇ ਬੇਟੇ ਨੂੰ ਇਟਲੀ ਭੇਜਣ ਲਈ ਉਹਨਾਂ ਨੂੰ 2,95,000 ਰੁਪਏ ਦਿੱਤੇ ਸੀ, ਪਰ ਸੁਖਵਿੰਦਰ ਪੰਛੀ ਉਹਨਾਂ ਦੇ ਬੇਟੇ ਨੂੰ ਇਟਲੀ ਨਾ ਭੇਜ ਸਕੇ, ਜਿਸ ਕਰਕੇ ਸੁਖਵਿੰਦਰ ਪੰਛੀ ਨੇ 1,33,000 ਰੁਪਏ 2 ਚੈੱਕਾਂ ਦੇ ਰਾਹੀਂ ਮੋੜ ਦਿੱਤੇ, ਪਰ ਇਹ ਦੋਨੋਂ ਚੈੱਕ ਬਾਊਂਸ ਹੋ ਗਏ ਅਤੇ ਬੀਬੀ ਗਫੂਰ ਦੀ ਕੰਪਲੇਂਟ 'ਤੇ ਹੀ ਸੁਖਵਿੰਦਰ ਪੰਛੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਖਬਰਾਂ ਦੇ ਮੁਤਾਬਿਕ ਸੁਖਵਿੰਦਰ ਪੰਛੀ ਦੀ ਪਤਨੀ ਰਜਿੰਦਰ ਰੂਬੀ ਤੇ ਭਰਾ ਜਗਤਾਰ ਸਿੰਘ ਵੀ ਇਸ ਕੇਸ ਦੇ ਵਿੱਚ ਫਸੇ ਸੀ। ਦੋਸਤੋ, ਇਹ ਸੀ ਜਾਣਕਾਰੀ ਸੁਖਵਿੰਦਰ ਪੰਛੀ ਦੇ ਸੰਗੀਤਕ ਸਫ਼ਰ ਤੇ ਉਹਨਾਂ ਦੇ ਨਾਲ ਜੁੜੀ ਕੰਟਰੋਵਰਸੀਜ਼ ਬਾਰੇ। ਹੁਣ ਜਾਣਦੇ ਹਾਂ ਕੁਝ ਹੋਰ ਇੰਟਰਸਟਿੰਗ ਜਾਣਕਾਰੀ ਦੇ ਬਾਰੇ। ਸੁਖਵਿੰਦਰ ਪੰਛੀ ਹੁਣ ਤੱਕ 550 ਤੋਂ ਵੀ ਵੱਧ ਗੀਤ ਗਾ ਚੁੱਕੇ ਨੇ। ਕਬੂਤਰਬਾਜ਼ੀ ਦੇ ਕੇਸ ਵਿੱਚ ਫਸਣ ਤੋਂ ਬਾਅਦ ਸੁਖਵਿੰਦਰ ਪੰਛੀ 8 ਸਾਲ ਦੇ ਕਰੀਬ ਪੰਜਾਬੀ ਇੰਡਸਟਰੀ ਤੋਂ ਦੂਰ ਰਹੇ ਨੇ। ਜਿਸ ਸਮੇਂ ਸੁਖਵਿੰਦਰ ਪੰਛੀ ਕੁਲਦੀਪ ਮਾਣਕ ਜੀ ਤੋਂ ਸੰਗੀਤਕ ਸਿੱਖਿਆ ਲੈ ਰਹੇ ਸੀ, ਉਸ ਸਮੇਂ ਉਹ ਹੋਰ ਗਾਇਕਾਂ ਦੇ ਨਾਲ ਵੀ ਸਟੇਜ 'ਤੇ ਗਾਉਣ ਜਾਂਦੇ ਹੁੰਦੇ ਸੀ। ਇਸ ਲਈ ਉਹਨਾਂ ਨੂੰ 20 ਤੋਂ 40 ਰੁਪਏ ਮਿਲਦੇ ਰਹੇ ਨੇ। ਸੁਖਵਿੰਦਰ ਪੰਛੀ 10-12 ਪੰਜਾਬੀ ਫਿਲਮਾਂ ਦੇ ਵਿੱਚ ਵੀ ਆਪਣੀ ਆਵਾਜ਼ ਦੇ ਚੁੱਕੇ ਨੇ ਅਤੇ ਕਈ ਆਉਣ ਵਾਲੀ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਆਵਾਜ਼ ਦੇਣ ਵਾਲੇ ਨੇ ਅਤੇ ਇਸ ਦੇ ਨਾਲ ਨਾਲ ਹੀ ਕਈ ਆਉਣ ਵਾਲੀ ਫਿਲਮਾਂ ਦੇ ਵਿੱਚ ਐਕਟਿੰਗ ਕਰਦੇ ਦੇਖਣ ਨੂੰ ਵੀ ਨਜ਼ਰ ਆਉਣਗੇ। ਦੋਸਤੋ, ਇਹ ਸੀ ਜਾਣਕਾਰੀ ਪੰਜਾਬੀ ਗਾਇਕ ਸੁਖਵਿੰਦਰ ਪੰਛੀ ਬਾਰੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਣੀ ਹੈ। ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ, ਔਰ ਜੇ ਪਸੰਦ ਨਹੀਂ ਆਈ ਤਾਂ ਵੀਡੀਓ ਨੂੰ ਡਿਸਲਾਈਕ ਕਰਨ ਦੇ ਨਾਲ ਨਾਲ ਕਮੈਂਟ ਰਾਹੀਂ ਕਾਰਨ ਵੀ ਜ਼ਰੂਰ ਦੱਸਿਓ ਤਾਂ ਜੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖ ਸਕੀਏ। ਵੀਡੀਓ ਵਿੱਚ ਕੋਈ ਜਾਣਕਾਰੀ ਗਲਤ ਲੱਗਦੀ ਹੋਵੇ ਜਾਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਕਮੈਂਟ ਰਾਹੀਂ ਸਾਂਝੀ ਜ਼ਰੂਰ ਕਰਿਓ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਦੇ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।